ਕੁੰਡ ਸਾਡੇ ਪੁਰਾਤਨ ਪੰਜਾਬੀ ਸੱਭਿਆਚਾਰ ਦਾ ਮੁੱਖ ਅਤੇ ਅਨਿੱਖੜਵਾਂ ਅੰਗ ਹੈ। ਕੁੰਡ ਕੱਢਣ ਨੂੰ ਪੱਲਾ ਕਰਨਾ ਵੀ ਆਖਿਆ ਜਾਂਦਾ ਹੈ। ਚੁੰਨੀ ਦੇ ਇੱਕ ਲੜ ਨਾਲ ਮੂੰਹ ਟੱਕਣ ਨੂੰ ਕੁੰਡ ਕੱਢਣਾ ਆਖਿਆ ਜਾਂਦਾ ਹੈ। ਪੰਜਾਬੀ ਲੋਕ ਗੀਤਾਂ, ਲੋਕ ਬੋਲੀਆਂ ਅਤੇ ਟੱਪਿਆਂ 'ਚ ਕੁੰਡ ਦਾ ਵਿਸ਼ੇਸ਼ ਜ਼ਿਕਰ ਆਉਂਦਾ ਹੈ। ਜਿਵੇਂ ਕੁੰਡ ਵਿੱਚ ਰੌਣਕੀਆਂ, ਕੁੰਡ ਕੱਢ ਲੈ ਪਤਲੀਏ ਨਾਰੇ, ਨੀ ਸਹੁਰਿਆਂ ਦਾ ਪਿੰਡ ਆ ਗਿਆ, ਕੁੰਡ ਕੱਢ ਲੈ ਪੱਤਣ 'ਤੇ ਖੜੀਏ ਆਦਿ। ਸਾਡੇ ਪੰਜਾਬੀ ਪਰਿਵਾਰਾਂ ਦੀਆਂ ਤ੍ਰੀਮਤਾਂ ਸਹੁਰੇ ਅਤੇ ਜੇਠ ਤੋਂ ਕੁੰਡ ਕੱਢਦੀਆਂ ਹਨ। ਇਵੇਂ ਹੀ ਸ਼ਰੀਕੇ ਜਾਂ ਪਿੰਡ ਵਿੱਚੋਂ ਇਹਨਾਂ ਰਿਸ਼ਤਿਆਂ ਦੀ ਥਾਂ 'ਤੇ ਲੱਗਦੇ ਬੰਦਿਆਂ ਤੋਂ ਵੀ ਕੁੰਡ ਕੱਢਿਆ ਜਾਂਦਾ ਹੈ। ਕੁੰਡ ਇੱਕ ਤਰ੍ਹਾਂ ਨਾਲ ਸੰਗ ਅਤੇ ਪਰਦੇ ਦਾ ਪ੍ਰਤੀਕ ਹੈ। ਪਹਿਲਾਂ ਸਮਿਆਂ ਵਿੱਚ ਕੁੰਡ ਤੋਂ ਹੀ ਪਿੰਡ ਦੀ ਨੂੰਹ ਅਤੇ ਧੀ ਦੀ ਪਹਿਚਾਣ ਕੀਤੀ ਜਾਂਦੀ ਸੀ। ਤ੍ਰੀਮਤਾਂ ਜੇਠ ਅਤੇ ਸਹੁਰਿਆਂ ਦੇ ਰਿਸ਼ਤੇ ਵਿੱਚ ਉੱਚੇ ਹੋਣ ਕਰਕੇ ਕਦੇ ਉਹਨਾਂ ਦੇ ਮੰਜੇ 'ਤੇ ਨਹੀਂ ਬੈਠਦੀਆਂ ਸਨ ਅਤੇ ਨਾ ਹੀ ਜੇਠ ਜਾਂ ਸਹੁਰਾ ਕਦੇ ਨੂੰਹ ਦੇ ਮੰਜੇ 'ਤੇ ਬੈਠਦੇ ਸਨ। ਕੇਵਲ ਕੁਝ ਕੁ ਦਹਾਕੇ ਪਹਿਲਾਂ ਸਾਡੇ ਕੁਗਵਸ ਦੇ ਪਿੰਡਾਂ 'ਚ ਜਿਹੜੀ ਨੂੰਹ ਆਪਣੇ ਘਰ 'ਚ ਪੱਲਾ ਨਹੀਂ ਕਰਦੀ ਸੀ, ਉਸਦਾ ਘਰ ਅਤੇ ਸ਼ਰੀਕੇ ਦੀਆਂ ਔਰਤਾਂ ਬੁਰਾ ਮਨਾਉਂਦੀਆਂ ਸਨ ਅਤੇ ਉਸ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਸਨ ਜੋ ਕਿ ਨੂੰਹ ਨੂੰ ਸੁਣਨੀਆਂ ਪੈਂਦੀਆਂ ਸਨ। ਪਿੰਡਾਂ ਦੀਆਂ ਨੂੰਹਾਂ ਨੂੰ ਜਦ ਆਪਣੇ ਸਾਂਝੇ ਅਤੇ ਵੱਡੇ ਪਰਿਵਾਰਾਂ ਵਿੱਚ ਰੋਟੀ ਟੁੱਕਦਾ ਆਰ, ਬੌਕਰ ਮਾਰਨਾ, ਕੱਪੜੇ ਧੋਣ ਆਦਿ ਜਾਂ ਘਰ ਦਾ ਹੋਰ ਕੋਈ ਕੰਮ ਧੰਦਾ ਕਰਨਾ ਪੈਂਦਾ ਸੀ ਤਾਂ ਉਹਨਾਂ ਨੂੰ ਕੁੰਡ ਕੱਢਿਆ ਹੋਣ ਕਰਕੇ ਕਾਫੀ ਦਿੱਕਤ ਵੀ ਪੇਸ਼ ਆਉਂਦੀ ਸੀ ਕਿਉਂਕਿ ਸੰਯੁਕਤ ਪਰਿਵਾਰਾਂ ਵਿੱਚ 3-4 ਬੰਦੇ ਕੁੰਡ ਕੱਢਣ ਵਾਲੇ ਜ਼ਰੂਰ ਹੁੰਦੇ ਸਨ। ਸਮਾਂ ਪੈਣ ਨਾਲ ਪਰਿਵਾਰਾਂ ਦੇ ਸੰਸਕਾਰ ਬਦਲ ਗਏ। ਕੰਮਾਂ ਕਾਰਾਂ ਦੀ ਦਿੱਕਤ ਨੂੰ ਵੇਖਦਿਆਂ ਘਰ ਦੇ ਵੱਡੇ ਮੈਂਬਰਾਂ ਤੋਂ ਨੂੰਹ ਦਾ ਕੁੰਡ ਛੁਡਾ ਦਿੱਤਾ ਜਾਣ ਲੱਗ ਪਿਆ। ਕੁੰਡ ਦਾ ਦਾਇਰਾ ਸੀਮਤ ਹੋਣ ਲੱਗ ਪਿਆ। ਬਾਅਦ ਵਿੱਚ ਬਾਹਰਲੇ ਲੋਕਾਂ ਸਾਹਮਣੇ ਲੋਕ ਲੱਜਾ ਵਜੋਂ ਕਦੀ ਕਦਾਈ ਕੁੰਡ ਕੱਢਿਆ ਜਾਂਦਾ, ਫਿਰ ਸਿਰਫ ਸ਼ਰੀਕੇ ਵਾਲਿਆਂ ਤੋਂ ਹੀ ਕੁੰਡ ਕੱਢਿਆ ਜਾਣ ਲੱਗ ਪਿਆ। ਸਮੇਂ ਦੇ ਫੇਰਬਦਲ ਇਹ ਪਰਦਾ ਹੌਲੀ ਹੌਲੀ ਪੂਰੀ ਤਰ੍ਹਾਂ ਨਾਲ ਚੁੱਕਿਆ ਗਿਆ। ਪੰਜਾਬੀ ਪਰਿਵਾਰਾਂ 'ਚ ਕੁੰਡ ਦਾ ਰਿਵਾਜ਼ ਪਹਿਲਾਂ ਸ਼ਹਿਰਾਂ ਤੋਂ ਖਤਮ ਹੋਇਆ ਅਤੇ ਹੌਲੀ ਹੌਲੀ ਇਹ ਸੁਨੇਹਾ ਪਿੰਡਾਂ ਤੱਕ ਵੀ ਅੱਪੜ ਗਿਆ। ਅਜੋਕੀ ਨਵੀਂ ਪੀੜ੍ਹੀ ਦੀਆਂ ਨੂੰਹਾਂ ਕੁੰਡ ਕੱਢਣਾ ਔਖਾ ਹੀ ਪਸੰਦ ਨਹੀਂ ਕਰਦੀਆਂ। ਹੁਣ ਤਾਂ ਸ਼ਾਇਦ ਕੋਈ ਵਿਰਲੀ ਟਾਮੀ ਪਿੰਡ ਦੀ ਨੂੰਹ ਹੋਵੇਗੀ ਜੋ ਆਪਣੇ ਸਹੁਰੇ ਜੇਠ ਜਾਂ ਸ਼ਰੀਕੇ ਵਾਲਿਆਂ ਤੋਂ ਕੁੰਡ ਕੱਢਦੀ ਹੋਵੇ, ਨਹੀਂ ਤਾਂ ਕੁੰਡ ਦਾ ਰਿਵਾਜ਼ ਪਿੰਡਾਂ 'ਚ ਪੂਰੀ ਤਰ੍ਹਾਂ ਨਾਲ ਖਤਮ ਹੋਇਆ ਨਜ਼ਰ ਆ ਰਿਹਾ ਹੈ। ਪਰ ਪਹਿਲੀ ਪੀੜ੍ਹੀ ਦੀਆਂ ਔਰਤਾਂ ਜੋ ਕਿ ਹੁਣ ਖੁਦ ਨੂੰਹਾਂ, ਪੋਤਿਆਂ, ਦੋਹਤਿਆਂ ਵਾਲੀਆਂ ਵੀ ਹੋ ਚੁੱਕੀਆਂ ਹਨ ਅਤੇ ਰਿਸ਼ਤੇ ਵਿੱਚ ਉਹ ਸਾਡੀਆਂ ਚਾਚੀਆਂ, ਤਾਈਆਂ ਅਤੇ ਬੇਬੇ ਲੱਗਦੀਆਂ ਹਨ, ਅਜੇ ਵੀ ਆਪਣੇ ਵਡੇਰਿਆਂ ਕੋਲੋਂ ਕੁੰਡ ਕੱਢ ਕੇ ਲੰਘਦੀਆਂ ਹਨ ਅਤੇ ਇਸ ਰਿਵਾਜ਼ ਨੂੰ ਤਿਆਗ ਨਹੀਂ ਸਕੀਆਂ। ਪਰ ਉਹਨਾਂ ਦੀ ਗਿਣਤੀ ਸੀਮਤ ਹੀ ਰਹਿ ਗਈ ਹੈ। ਕੁੰਡ ਵੀ ਗਏ ਅਤੇ ਕੁੰਡ ਵਾਲੀਆਂ ਵੀ ਗਈਆਂ। ਪੰਜਾਬੀ ਗੀਤ ਦੇ ਬੋਲ ਇਹ ਸੱਚ ਹੋ ਗਏ ਹਨ। ਹਾਂ, ਪੰਜਾਬ ਤੋਂ ਬਾਹਰ ਰਾਜਸਥਾਨ, ਹਰਿਆਣਾ, ਹਿਮਾਚਲ ਅਤੇ ਹੋਰਨਾਂ ਰਾਜਾਂ ਵਿੱਚ ਕੁਝ ਬਰਾਦਰੀਆਂ ਕਬੀਲਿਆਂ ਦੀਆਂ ਤ੍ਰੀਮਤਾਂ ਵੱਡੇ ਕੁੰਡਾਂ ਵਿੱਚ ਹੀ ਨਜ਼ਰੀ ਪੈਂਦੀਆਂ ਹਨ।